ਆਹ ਦੇਖੋ, ਮੈਂ ਐਵੇਂ ਨਹੀਂ ਸੀ ਕਹਿਣ ਦਿਆਂ ਕਿ ਮੇਰੇ ਤੋਂ ਵੀ ਉੱਚੇ ਨੇ। ਆਹ ਬੱਕਰੇ ਦਾ ਚਾਚੇ ਦਿੱਤੇ ਨੇ ਮੰਗਿਆ ਹੁਣੀ 2 ਲੱਖ ਰੁਪਇਆ। ਅੱਛਾ ਦੱਸਦਾ ਭਲਾ ਕਿੰਨੇ ਸਾਲ ਹੋ ਗਏ ਕੰਮ ਕਰਦੇ ਆ? 35 ਸਾਲ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਮੰਡੀ ਆ ਗਏ ਹਾਂ ਅਸੀਂ, ਮੈਂ ਅਤੇ ਪਸ਼ਬੀਰ। ਆਪਣਾ ਮੰਡੀ ਆ ਕੇ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਨਾ, ਉਹ ਅਸੀਂ ਲੈ ਕੇ ਆਏ ਸੀ ਆਉਂਦੇ ਦਵਾਣੇ। ਦਵਾਣਿਆਂ ਦੇ ਹਿੱਸੇ ਕਰਕੇ ਨਾ ਉਹਨੂੰ ਫਰੀਜ਼ਰ 'ਚ ਰੱਖਤਾ ਉੱਥੇ ਦਫ਼ਤਰ 'ਚ। ਗਰਮੀ ਬੜੀ ਹੈ, ਸ਼ਾਮ ਨੂੰ ਖਾਵਾਂਗੇ ਦਵਾਣੇ। ਗੋਸ਼ਤ ਲੈ ਕੇ ਆਏ ਹਾਂ, ਰੋਟੀ ਪਕਵਾਉਣ ਲੱਗੇ ਹਾਂ ਅੱਜ ਆਪ ਹੀ। ਅੱਗੇ ਰੋਜ਼ ਹੋਟਲ ਤੋਂ ਲਈ ਦੀ ਆ, ਅਤੇ ਨਵੀਂ ਲੱਕੜ ਆਈ ਆ ਰਾਤ ਦੀ, ਇਹਦਾ ਫਿਰ ਕੰਮ ਕਰਾ ਰਹੇ ਆ। ਇਹਦੇ ਆਪਣਾ ਖਿੜਕੇ ਬਣਨ ਦੇ ਨੇ, ਬਾਕੀ ਆ ਵਾੜੇ ਵੂੜੇ ਲੱਗਣ ਲੱਗ ਪਏ ਨੇ। ਆ ਖਿੜਕੇ ਬਾਕੀ ਆ ਤਿਆਰ ਪਏ ਨੇ, ਪਰਲੇ ਪੈਸੇ ਖਿੜਕੇ ਉਹਨਾਂ ਨੇ ਲਾ ਤੇ ਆ ਚਾਚੇ ਅਬਦ ਨੇ। ਕੰਮ ਹੁਣ ਸਪੀਡਾਂ ਨਾਲ ਖਿੱਚੀ ਜਾ ਰਿਹਾ, ਇਨਸ਼ਾਅੱਲਾ ਮੇਰੇ ਅੱਲਾ ਨੇ ਚਾਹਿਆ ਤਾਂ ਹੋਰ 5-7 ਦਿਨ ਆ ਖਿੜਕੇ ਖੁੜਕੇ ਸਾਰੇ ਲੱਗ ਜਾਣੇ ਆ, ਵਾੜਿਆਂ ਵਾਲਾ ਕੰਮ ਪੂਰਾ ਹੋ ਜਾਣਾ। ਗਰਮੀ ਬੜੀ ਸੀ, ਅਸੀਂ ਤਾਂ ਬੈਠੇ ਸੀ ਆਰਾਮ ਨਾਲ ਏਅਰ ਕੂਲਰ ਲਾ ਕੇ ਦਫ਼ਤਰ। ਚਾਚੇ ਦਿੱਤੇ ਦਾ ਫੋਨ ਆਇਆ ਕਿ ਆ ਜਾਓ ਭਾਈ, ਰੋਟੀ ਪੱਕ ਗਈ ਆ, ਗੋਸ਼ਤ ਨੂੰ ਲਿਆ ਕੇ ਦੇ ਦਿੱਤਾ ਸੀਗਾ। ਚਾਚੇ ਦਿੱਤੇ ਦੀ ਅੱਜ ਗੱਡੀ ਆਈ ਆ ਬੱਕਰਿਆਂ ਦੀ, ਮਾਸ਼ਾਅੱਲਾ ਬਹੁਤ ਬਹੁਤ ਸੋਹਣੇ ਜਾਨਵਰ ਨੇ, ਸਿੰਧੋਂ ਲੈ ਕੇ ਆਇਆ, ਤੁਹਾਨੂੰ ਸ਼ਾਮ ਨੂੰ ਦਿਖਾਵਾਂਗਾ, ਹਲੇ ਤਾਂ ਬਹੁਤ ਗਰਮੀ ਆ। ਆਹ ਚਾਚੇ ਦਿੱਤੇ ਨੇ ਆਂਡੀ ਪਕਾ ਤੀ ਜੇ, ਅਜੇ ਪੱਕਣ ਦੇਈ। ਚਾਚਾ ਨਾਲ ਉਹ ਪਾ ਤੇ ਗੋਂਗਲੂ ਵਿੱਚ, ਫਿਰ ਨਹੀਂ ਛੱਡੇ? ਉਹ ਟਿੰਡੇ ਪਾ ਤੇ ਚਾਚਾ, ਫਿਰ ਵਿੱਚ ਨਹੀਂ ਛੱਡੇ? ਚਾਚੇ ਦਿੱਤੇ ਨੇ ਗੋਸ਼ਤ, ਲਾਜ਼ਮੀ ਟਿੰਡੇ ਸੁੱਟੇ ਆ ਭਾਈ। ਰੋਟੀ ਛੋਟੀ ਖਾ ਆਏ ਆ, ਫਾਰਗ ਹੋ ਗਏ ਆ, ਬੰਦੇ ਸਾਰੇ ਹੁਣ ਸੋ ਗਏ ਨੇ। ਗਰਮੀ ਦੀ ਵਜ੍ਹਾ ਤੋਂ ਨਾ ਸਾਰਿਆਂ ਨੇ ਉਹ ਸ਼ੈੱਡ ਦੇ ਥੱਲੇ ਮਣੀਆਂ ਕੀਤੀਆਂ। ਪੱਖੇ ਪੁੱਖੇ ਹੈ ਨੇ, ਪਰ ਜਿੰਨੀ ਗਰਮੀ ਪੈਂਦੀ ਤੁਹਾਨੂੰ ਪਤਾ ਵਾ, ਇੱਥੇ ਪੱਖਿਆਂ ਨੇ ਕਿਹੜਾ ਕੋਈ ਕੰਮ ਕਰਨਾ, ਪੱਖੇ ਬਸ ਐਵੇਂ ਨਾਮ ਦੇ ਤੌਰ 'ਤੇ ਹੁੰਦੇ ਆ। ਬਾਲਣ ਆਇਆ ਵਾ ਰਾਤ ਦਾ, ਫਿਰ ਅੱਜ ਫਿਰ ਨਵੇਂ ਖਿੜਕੇ ਅਜੇ ਬਣਨੇ ਆ ਹੋਰ, ਕਿਉਂਕਿ ਜੇ ਜਿੰਨੇ ਬਣਨਗੇ ਉਨੇ ਹੀ ਥੋੜ੍ਹੇ ਆ, ਹਜੇ ਤਾਂ ਲੱਗਣੇ ਆ ਸ਼ੁਰੂ, ਹਜੇ ਤਾਂ ਵਾੜੇ ਬਣਨੇ ਸ਼ੁਰੂ ਹੋਏ ਨੇ। 6.5 hours later 12-1 ਵਜੇ ਦੇ ਅਸੀਂ ਪਏ ਸੀਗੇ ਆਰਾਮ ਨਾਲ, ਮੁਨਸ਼ੀ ਨੇ ਸਾਨੂੰ ਆ ਉਠਾਇਆ ਕਿ ਭਾਈ ਉੱਠੋ, 6 ਵੱਜ ਗਏ ਆ। ਮੈਂ ਕਿਹਾ ਹੁਣ ਉੱਠ ਕੇ ਫਰੈਸ਼ ਫਰੂਸ਼ ਹੋ ਲਈਏ ਕਿ ਹੁਣ ਸਾਰੀ ਦਿਹਾੜੀ ਲੰਘ ਗਈ, ਆਰਾਮ ਹੀ ਕਰੀ ਜਾਣਾ। ਮੁਨਸ਼ੀ ਆਪ ਤਾਂ ਨਹਾਇਆ ਵਾ, ਹੁਣ ਜਾ ਕੇ ਅਸੀਂ ਵੀ ਮੂੰਹ ਹੱਥ ਧੋ ਲਈਏ, ਬੰਦਾ ਇੱਕ ਹੋਰ ਨਹਾਉਣ ਬਹਿ ਗਿਆ ਉੱਥੇ। ਇੱਥੇ ਮਾਹੌਲ ਓਪਨ ਹੀ ਆ, ਇੱਦਾਂ ਹੀ ਨਹਾਉਣਾ, ਜਿੰਨੇ ਨਹਾਉਣਾ ਸਾਫ਼ ਬੰਨੋ, ਸਾਫ਼ ਕਹਿੰਦੇ ਆ ਉਹ, ਧੋਤੀ ਬੰਨੋ ਅਤੇ ਆਰਾਮ ਨਾਲ ਨਹਾ ਲਓ। ਇੱਥੇ ਨਾ ਆਵਾਮ ਵਿਚਾਰੀ ਬੜੀ ਬੜੀ ਦੂਰੋਂ ਆਉਂਦੀ ਆ, ਜਿਹੜਾ ਪਿੱਛੇ ਭਾਈ ਨਹਾਉਣ ਦਿਆ ਉਹ ਸਿੰਧੋਂ ਆਇਆ ਵਾ, ਮੁਨਸ਼ੀ ਆਪਣਾ ਜਿਹੜਾ ਉਹ ਝੰਗ ਦਾ ਵਾ, ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ, ਬਹੁਤ ਬਹੁਤ ਦੂਰੋਂ ਆਵਾਮ ਆਉਂਦੀ ਆ। ਅਤੇ ਫਿਰ ਰਹਿੰਦੇ ਤੇ ਆਪਣੇ ਵਾੜਿਆਂ ਦੇ ਆ, ਉੱਤੇ ਉਹਨਾਂ ਨੇ ਟੈਂਟ ਲਾਏ ਨੇ ਵਾੜਿਆਂ ਦੇ, ਉੱਥੇ ਮੰਜੇ ਕਰਕੇ ਵਿਚਾਰੇ ਸੁੱਤੇ ਰਹਿੰਦੇ ਆਪਣੇ ਜਾਨਵਰਾਂ ਦੇ ਕੋਲ, ਰੋਜ਼ੀ ਕਮਾਉਣ ਆਏ ਬੜੀ ਬੜੀ ਦੂਰੋਂ। ਅਤੇ ਨਹਾਉਣ ਧੋਣ ਵਾਲਾ ਫਿਰ ਨਿਜ਼ਾਮ ਇੱਦਾਂ ਹੀ ਆ, ਨਹਾਉਣਾ ਇੱਥੇ ਆ, ਅਤੇ ਵਾਸ਼ਰੂਮ ਉਹ ਪਿੱਛੇ ਮਸਜਿਦ ਆ, ਮਸਜਿਦ ਦੇ ਵਾਸ਼ਰੂਮ ਹੈ ਨੇ, ਵਾਸ਼ਰੂਮ ਫਿਰ ਉੱਥੇ ਚਲ ਜਾਂਦੇ ਹੋਣਗੇ। ਚਾਚਾ ਅਬਦ ਮਾਸ਼ਾਅੱਲਾ ਕੰਮ ਖਿੱਚੀ ਜਾਂਦਾ ਵਾ, ਧੂੜਾਂ ਪੁੱਟੀ ਜਾਂਦੇ ਨੇ ਬੰਦੇ। ਆਹ ਦੇਖੋ ਚਾਚਾ ਕਿੰਨੇ ਵਾੜੇ ਬਣੇ ਉਸ ਸਾਈਡ ਦੇ, ਮੈਨੂੰ ਫਿਰ ਚੇਤਾ ਭੁੱਲ ਗਿਆ। ਵੱਡੇ ਵਾੜੇ ਬਣ ਗਏ ਨੇ 14, ਜਿੱਦਾਂ ਕਿ ਆਹ ਮੈਂ ਤੁਹਾਨੂੰ ਦਿਖਾਉਂਦਾ ਵਾ, ਆਹ ਵਾੜਾ ਵਾ ਇੱਕ 16-25 ਪਮੈਸ਼ ਦੀ ਬਣਦੀ ਆ, 16-25 ਆਹ ਵਾੜਾ ਉੱਥੋਂ ਸ਼ੁਰੂ ਹੁੰਦਾ ਇੱਥੇ ਤੱਕ। ਇਹਦੇ ਵਿੱਚ ਕੰਧ ਮਾਰਗ ਨੂੰ 2 ਕਰ ਦੇਣੇ ਆ, ਜਿਹੜੇ ਗੌਰਮੈਂਟ ਨੇ ਅਲਾਟ ਕੀਤਾ ਨਾ ਉਹ ਇੱਕ ਬਣਦਾ ਇੰਨੀ ਪਮੈਸ਼ ਦਾ, ਐਡੇ ਐਡੇ ਵਾੜੇ 100 ਕਰਨੇ ਆ ਪੂਰੇ। ਹਾਂ ਵੀ ਚਾਚਾ, ਚਾਚਾ ਦੱਸਦਾ ਭਲਾ ਕਿੰਨੇ ਸਾਲ ਹੋ ਗਏ ਕੰਮ ਕਰਦੇ ਆ? 35 ਸਾਲ। 35 ਸਾਲ ਤੇ ਜ਼ਿੰਦਗੀ ਗਾਲਤੀ ਇਸੇ ਕੰਮ 'ਚ? ਸਾਰੀ ਜ਼ਿੰਦਗੀ ਇੱਥੇ ਰਹਿ ਗਏ? ਬੜਿਆ ਬਣੇ ਆਖਿਆ ਤੂੰ ਆ ਜਾ ਆ ਜਾ, ਹਾਂ ਰਹਿਣਾ ਤਾਂ ਹਾਈ ਸਾਹਿਬ ਕੋਲ, ਨਹੀਂ ਤਾਂ ਘਰ ਚਲੇ ਜਾਣਾ।
ਸਹੀ 35 ਸਾਲ ਚਾਚਾ ਅਬਦ ਕਹਿੰਦਾ ਮੈਨੂੰ ਇੱਥੇ ਹੋ ਗਏ, ਚਾਚੇ ਨੂੰ ਇੰਨਾ ਕੁ ਤਜਰਬਾ ਹੋ ਗਿਆ ਵਾ ਕਿ ਉਹ ਪਮੈਸ਼ ਦੇ ਦਿੰਦੇ ਨੇ, ਬਾਕੀ ਫਿਰ ਕੰਮ ਚਾਚੇ ਨੇ ਆਪੀ ਸਾਰੇ ਕਰਨੇ ਆ। ਬਾਕੀ ਚਾਚੇ ਨੂੰ ਪਤਾ ਕਿੱਥੋਂ ਪਮੈਸ਼ ਕਿੰਨੀ ਮਾਰ ਕੇ ਵਾੜਾ ਕਿੱਦਾਂ ਲਾਉਣਾ, ਕਿੱਥੋਂ ਕਿੱਦਾਂ ਲਾਉਣਾ। ਬਾਕੀ ਜਿਹੜੇ ਕੁਕਨਾਤਾਂ ਕਨੂਤਾਂ ਵਾਲੇ ਆਉਂਦੇ ਆ ਉਹ ਵੀ ਚਾਚੇ ਅਬਦ ਨੇ ਆਪ ਹੀ ਦੱਸ ਦੁੱਸ ਕੇ ਸੈੱਟ ਕਰਾਉਣੀਆਂ ਹੁੰਦੀਆਂ। ਆਹ ਦੇਖੋ ਮੈਂ ਆਹ ਗੱਲ ਦੱਸਣ ਦਿਆ ਸੀ, ਆਹ ਚਾਚੇ ਨੇ ਹੁਣੀ ਫੀਤਾ ਮਾਰਿਆ, ਫੀਤਾ ਮਾਰ ਕੇ ਜਗ੍ਹਾ ਦੀ ਪਮੈਸ਼ ਪੂਰੀ ਕਰਕੇ ਉਹ ਉੱਥੋਂ ਹੁਣ ਉਸ ਹਿਸਾਬ ਨਾਲ ਲਾ ਦੇਣਾ। ਅਤੇ ਆਹ ਚਾਚੇ ਨੇ ਲਾਈਨ ਲਾ ਲਈ ਆਪਣੀ, ਲਾਈਨ ਲਾ ਕੇ ਖਿੱਚ ਕੇ ਇੱਥੇ ਇਹਨੂੰ ਅਟੈਚ ਕਰ ਦੇਣਾ, ਇਹਦੇ ਨਾਲ ਇੱਧਰ ਵਾਲੇ ਪਾਸੇ ਇੱਕ ਵਾੜਾ ਹੋਰ ਬਣ ਜਾਣਾ। ਤੁਹਾਨੂੰ ਮੈਂ ਦੱਸਿਆ ਸੀ ਨਾ ਚਾਚਾ ਦਿੱਤਾ ਗੱਡੀ ਲੈ ਕੇ ਆਇਆ, ਆਹ ਜਾਨਵਰ ਜਿਹੜਾ ਚਾਚਾ ਦਿੱਤਾ ਲੈ ਕੇ ਆਇਆ ਮਾਸ਼ਾਅੱਲਾ। ਚਾਚਾ ਇੱਥੋਂ ਇੱਕ ਤੋਂ ਸ਼ੁਰੂ ਹੋ ਜਾ, ਆਹ ਚਾਚਾ ਦਿੱਤਾ ਤੁਸੀਂ ਤਾਂ ਜਾਣਦੇ ਹੀ ਹੋ, ਆਹ ਬੱਕਰੇ ਲਿਆਇਆ ਚਾਚਾ ਦਿੱਤਾ ਸਾਰੇ ਸਿੰਧੋਂ। ਚਾਚਾ ਇਹਨੂੰ ਕਰ ਰਾਜਨਪੁਰੀਏ, ਹਾਂ ਇਹਨੂੰ ਕਰ ਚਾਚਾ ਜਿਹੜਾ ਸਿੱਧਾ ਹੋਣਾ। ਦੇਖਿਓ ਜੀ ਮਾਸ਼ਾਅੱਲਾ, ਆਹ ਦੇਖੋ ਨੰਬਰ ਚਾਚਾ ਅੱਗੇ ਵੀ ਤੇਰੇ ਨਾਲ ਹੀ ਦੇਈਦਾ ਸਾਰਾ। ਆ ਆ ਇਹਨਾਂ 'ਚ ਮੈਨੂੰ ਲੱਗਦਾ ਛੋਟਾ ਵਾ, ਬਾਕੀ ਸਾਰੇ ਇਹ ਤੋਂ ਵੱਡੇ ਨੇ। ਕਮਾਂਡੋ ਕਮਾਂਡੋ, ਨਿੱਕਾ ਜਾਨਵਰ ਕੋਈ ਨਹੀਂ ਆਇਆ ਮਾਸ਼ਾਅੱਲਾ। ਖੜਾ ਹੋ, ਆ ਦੇਖੋ ਠੀਕ ਆ, ਲੱਖ ਲੱਖ ਰੁਪਈਆ, ਡੇਢ ਡੇਢ ਲੱਖ ਰੁਪਏ ਵਾਲੇ ਜਾਨਵਰ ਨੇ ਸਾਰੇ, ਇਹ ਤੋਂ ਥੱਲੇ ਕੋਈ ਨਹੀਂ। ਨੰਬਰ ਚਾਚੇ ਦਿੱਤੇ ਤਾਂ ਮੈਂ ਦੇ ਦਿਆਂਗਾ, ਜਿਹਨੂੰ ਜਿਹੜਾ ਜਾਨਵਰ ਪਸੰਦ ਆਏ ਚਾਚੇ ਨਾਲ ਰਾਬਤਾ ਕਰ ਲਓ। ਸਾਰੇ ਵੱਡੇ ਨੇ, ਮਨ ਮਨ ਤੋਂ ਉੱਤੇ ਗੋਸ਼ਤ ਇਹਨਾਂ ਸਾਰਿਆਂ 'ਚ ਹੀ। ਦੇਖੋ ਚਾਚਾ, ਆਹ ਦੇਖੋ, ਆਹ ਦੇਖੋ, ਨਿੱਕਾ ਜਾਨਵਰ ਕੋਈ ਨਹੀਂ, ਸਾਰੇ ਵੱਡੇ ਆ। ਆਹ ਜੋੜੀ ਮਣ ਤੋਂ ਥੱਲੇ ਗੋਸ਼ਤ ਵਾਲਾ ਕੋਈ ਨਹੀਂ ਆਇਆ ਮਾਸ਼ਾਅੱਲਾ। ਚਾਚਾ ਦਿੱਤਾ ਐਤਕਿ ਮੰਡੀ ਲੁੱਟ ਕੇ ਆਇਆ ਕਿਤੋਂ, ਚਾਚਾ ਕਹਿੰਦਾ ਸੱਚ ਘਰ ਤਿਆਰ ਕੀਤੇ ਖੁਦ, ਮੰਡੀ ਨਹੀਂ ਲੈ ਕੇ ਆਇਆ। ਅੱਗੇ ਜਾਨਵਰ ਮੰਡੀ 'ਚੋਂ ਫਿਰ ਕੇ ਲਿਆਉਂਦੇ ਨਾ ਐਤਕਿ ਚਾਚਾ ਘਰੋਂ, ਮਤਲਬ ਕਿ ਜਾਨਵਰ ਪਹਿਲੇ ਹੀ ਲੈ ਕੇ ਛੱਡੇ ਸੀਗੇ ਕਿਤੇ। ਹਾਂ ਇਹ ਘਰ ਦੇਣੇ ਸਹੀ, ਚਾਚੇ ਦਿੱਤੇ ਦਾ ਨੰਬਰ ਦੇ ਦੇਈਦਾ। ਉਹ ਚਾਚੇ ਨੂੰ ਨਹੀਂ ਗੱਲਾਂ ਕਰਦੇ, ਮੈਨੂੰ ਹੀ ਘਰ ਘਰ ਪੁੱਛਦੇ ਰਹਿੰਦੇ ਚਾਚਾ। ਮੈਨੂੰ ਬੜੇ ਬੰਦੇ ਕਹਿੰਦੇ ਜੀ ਉਹ ਸਾਨੂੰ ਵੀ ਲੈ ਦੇ ਸਾਨੂੰ। ਆਹ ਬੱਕਰਾ ਮਾਸ਼ਾਅੱਲਾ ਸੀ ਦੇਖੋ, ਮੇਰੇ ਲੱਗ ਗਿਆ ਖੜਾ ਆ, ਜਿੱਡਾ ਮੇਰਾ ਆਪਣਾ ਕਾਦਣ, ਜਿੱਡਾ ਮੇਰਾ ਆਪਣਾ ਕਾਦਣ, ਇਹਨੇ ਮੇਰੇ ਤੋਂ ਵੀ ਤਕਰੀਬਨ ਬਾਂਹ ਕੁ ਉੱਚਾ ਹੋ ਜਾਣਾ ਜਦੋਂ ਇਹਨੂੰ ਉੱਠ ਕੇ ਅਗਲੀਆਂ ਲੱਤਾਂ ਖੜੀਆਂ ਕੀਤੀਆਂ ਨਾ, ਮੇਰੇ ਨਾਲੋਂ ਬਹੁਤਾ ਉੱਚਾ ਹੋ ਜਾਣਾ ਇਹਨੇ ਮਾਸ਼ਾਅੱਲਾ। ਦੇਖੋ ਚਾਚਾ ਦਿੱਤਾ ਜਾਨਵਰ ਚੰਗੇ ਲਿਆ ਕੇ ਆਉਂਦਾ ਮਾਸ਼ਾਅੱਲਾ, ਚੈੱਕ ਕਰ ਰਹੇ ਹੋ ਮਾਰ ਵੜੀ ਜਾਂਦਾ ਜੇ ਮੇਰੇ 'ਚ ਚਿੱਟੇ ਰੰਗ 'ਚ ਮਾਸ਼ਾਅੱਲਾ, ਚੈੱਕ ਕਰੋ ਹੈ ਚਾਲ ਵੀ ਸੋਹਣੀ ਦੇਖੋ ਮਾਸ਼ਾਅੱਲਾ ਯਾਰ, ਮਾਸ਼ਾਅੱਲਾ ਬੜਾ ਪਿਆਰਾ ਲੱਗਦਾ ਹੈ ਅਤੇ ਚੱਲਦਾ। ਕੱਲ੍ਹ ਲੈ ਕੇ ਆਇਆ ਚਾਚਾ ਜਿੱਤਾ ਗੱਡੀ, ਮੈਂ ਅੱਜ ਅੰਦਰ ਵੜ ਕੇ ਦੇਖੇ, ਮੈਂ ਬਾਹਰੋਂ ਹੀ ਦੇਖੇ ਸੀਗੇ ਮਾਸ਼ਾਅੱਲਾ, ਬੜੇ ਪਿਆਰੇ ਲੱਗਣ ਦੇ ਸੀਗੇ, ਦੇਖਣ ਦੇ ਹੁਣ। ਨਿੱਕਾ ਕੋਈ ਨਹੀਂ, ਨਿੱਕਾ ਕੋਈ ਨਹੀਂ, ਨਿੱਕਾ ਜਾਨਵਰ ਲੈਣਾ ਅਤੇ ਹੋਰ ਕਿਤੇ, ਉਹ ਵੀ ਇੰਨਾ ਕੁ ਹੋਇਆ ਵਾ, ਪਰ ਉਹ ਤੁਹਾਨੂੰ ਫਿਰਨੇ ਪੈਣਗੇ, ਉਹ ਬਾਜ਼ ਆਇਆ ਲੜਦੇ ਜੇ, ਮਾਰਨ ਦਿਆ ਸੀ ਇਹਨੂੰ। ਨਿੱਕੇ ਜਾਨਵਰ ਲੈ ਦਾ ਨੇ, ਉਹਨਾਂ ਦੀ ਵੀਡੀਓ ਨਹੀਂ ਮੈਂ ਬਣਾਈ, ਉਹ ਅਗਲੀ ਵੀਡੀਓ 'ਚ ਤੁਹਾਨੂੰ ਦਿਖਾਵਾਂਗਾ। ਕਿਆ ਬਾਤ ਹੈ ਮਾਸ਼ਾਅੱਲਾ, ਕੱਲ੍ਹ ਬੰਦੇ ਇੱਕ ਨੇ ਰਾਤੀ ਏਰ 'ਚੋਂ ਨਾ 10 ਬੱਕਰੇ ਕਢਾਏ, ਮੁੜ ਕੇ ਰੇਟ ਨਹੀਂ ਬਣਿਆ, ਲੈਣ ਵਾਸਤੇ ਕਢਾਏ ਸੀਗੇ,
ਮੁੜਕੇ ਤਾਂ ਰੇਡ ਨਹੀਂ ਬਣਿਆ, ਫਿਰ ਚਲਾ ਗਿਆ ਉਹ ਸਿੰਘ ਮਾਰ ਕੇ ਖਰਾਬ ਕਰੇਗਾ ਉਹਨੂੰ, ਰੇਡ ਨਹੀਂ ਬਣਿਆ ਉਹਦਾ, ਮੁੜ ਕੇ ਚਲਾ ਗਿਆ। ਲੋਕ ਰੇਡ ਤਾਂ ਹੁਣ ਰੇਡ ਇੱਦਾਂ ਲਾਉਂਦੇ ਆ ਕਿ ਜਿੱਦਾਂ ਪਤਾ ਨਹੀਂ ਮੁਫਤ ਹੀ ਖੜਨੇ ਆ, ਅਗਲਿਆਂ ਨੇ ਪੂਰਾ ਪੂਰਾ ਸਾਲ ਸਾਂਭ ਕੀਤੀ ਆ, ਖਰਚੇ ਹੁੰਦੇ ਨੇ, ਖਰਚੇ ਹੋਣ ਤੋਂ ਬਾਅਦ ਇੱਥੇ ਲੈ ਕੇ ਆਉਂਦੇ, ਮੰਡੀਆਂ ਦੇ ਖਰਚੇ ਵੱਖਰੇ ਹੁੰਦੇ ਨੇ, ਉਸ ਚੀਜ਼ 'ਤੇ ਨਹੀਂ ਗੌਰ ਕਰਦੇ। ਇਹਨੂੰ ਮੇਰਾ ਮੋਬਾਈਲ ਲੈ ਕੇ ਨਾ ਅੰਦਰ ਆਉਣਾ ਲੱਗਦਾ ਪਸੰਦ ਨਹੀਂ ਆਇਆ, ਮਿੰਟ ਬਾਅਦ ਆ ਜਾਂਦਾ ਢੁੱਡ ਮਾਰਨ, ਥੋੜ੍ਹਾ ਜਿਹਾ ਮੈਂ ਪਰੇ ਆਉਂਦਾ ਦੇਖਿਓ, ਫਿਰ ਇਹਨੇ ਮੇਰੇ ਪਿੱਛੇ ਤੁਰ ਕੇ ਆ ਜਾਣਾ, ਹੈ ਥੋੜ੍ਹਾ ਥੋੜ੍ਹਾ ਜਿਹਾ ਮੈਂ ਪਰੇ ਨੂੰ ਹੁੰਦਾ ਵਾ, ਫਿਰ ਆ ਜਾਂਦਾ ਪਿੱਛੇ ਸਿੰਘ ਕੱਢਦਾ ਆਪਣੇ ਤੁਰ ਪੈਂਦਾ ਪਿੱਛੇ ਪਿੱਛੇ ਨੂੰ। ਆਹ ਦੇਖੋ ਮੈਂ ਐਵੇਂ ਨਹੀਂ ਸੀ ਕਹਿਣ ਦਿਆ ਕਿ ਮੇਰੇ ਤੋਂ ਵੀ ਉੱਚੇ ਨੇ, ਆਹ ਹੁਣ ਖਲੋਤਾ ਲੱਗਦਾ ਨਾ ਪਤਾ ਓਡਾ ਉੱਚਾ ਮੈਂ ਕਿਹਾ ਜਿੱਡੇ ਉੱਚੇ ਮਾਸ਼ਾਅੱਲਾ ਇਹ ਨੇ, ਅਤੇ ਵੇਖਣ ਵਾਲਾ ਬਾਹਰ ਰੋਕ ਕੇ ਪੁੱਛੇਗਾ, ਰੇਟ ਪੁੱਛੇਗਾ ਅਤੇ ਪੁੱਛ ਕੇ ਨਿਕਲ ਜਾਏਗਾ, ਬੰਦਾ ਪੁੱਛੇ ਤੂੰ ਅੰਦਰ ਆ ਗੱਲਬਾਤ ਕਰ, ਜਿਹੜਾ ਲੈ ਕੇ ਆਇਆ ਉਹ ਖਰਚਾ ਕਰਕੇ ਲਿਆਇਆ ਵਾ, ਤੂੰ ਉਹਨਾਂ ਗੱਲ ਕਰੇਗਾ ਤਾਂ ਤੈਨੂੰ ਕੁਛ ਦੱਸੇਗਾ ਕਿ ਭਾਈ ਇੰਨੇ 'ਚ ਮੈਂ ਦੇਣਾ, ਜਿਹੜੀ ਤੈਨੂੰ ਸਮਝ ਲੱਗਦੀ ਆ ਤੂੰ ਉਹ ਰੇਟ ਬੋਲ, ਜਿਹੜਾ ਤੈਨੂੰ ਸਮਝ ਲੱਗੇ ਤੂੰ ਰੇਟ ਬੋਲ। ਹਾਂ ਆਹ ਦੇਖੋ ਜੀ ਮਾਸ਼ਾਅੱਲਾ ਲੋਕ ਹੋਰ ਕੋਈ ਜਾਨਵਰ ਲੈ ਕੇ ਆਏ ਆ, ਕੱਲ੍ਹ ਨੂੰ ਮੰਡੀ ਕਰਨਗੇ, ਕੱਲ੍ਹ ਬਹੁਤ ਦਿਨਾਂ ਕੱਲ੍ਹ ਮੰਡੀ ਲੱਗਣੀ ਆ, ਕਿਸੇ ਹੋਰ ਆੜਤ 'ਤੇ ਚੱਲੇ ਲੈ ਕੇ ਜਾਨਵਰ ਹੋਰ ਲੈ ਕੇ ਆਏ, ਮਤਲਬ ਕਿ ਹੁਣ ਈਦ 'ਤੇ ਜਾਨਵਰ ਵੀ ਆਉਣ ਲੱਗ ਪਏ ਨੇ, ਅਤੇ ਜਿਹੜੇ ਲੋਕ ਕਸਾਈਆਂ ਕਸੂਈਆਂ ਵਾਸਤੇ ਲੈਂਦੇ ਸੀ, ਕਸਾਈ ਲੈਂਦੇ ਸੀ, ਉਹ ਬੰਦ ਹੋ ਗਏ ਹੁਣ। ਆਹ ਬੱਕਰੇ ਦਾ ਚਾਚੇ ਦਿੱਤੇ ਨੇ ਮੰਗਿਆ ਹੁਣੀ 2 ਲੱਖ ਰੁਪਈਆ, ਬੰਦੇ ਮੋਟਰਸਾਈਕਲ 'ਤੇ ਹੁਣ ਨਿਕਲ ਕੇ ਰੁਕੇ ਨਹੀਂ, ਉਹਨੇ ਕਿਹਾ ਨਾ ਸਵਾਲ ਹੀ ਪਾ ਲੈਣੀ ਹੁੰਦਾ ਵੀ ਆਓ ਬੰਦਾ ਰੋਕ ਕੇ ਗੱਲਬਾਤ ਕਰੇ, ਉਹ ਗੱਲ ਦੱਸੇ ਭਾਈ ਇੰਨੇ 'ਚ ਵਾਰਾ ਖਾਂਦਾ ਮੈਨੂੰ ਇੰਨੇ 'ਚ ਸਮਝ ਆਉਂਦੀ ਆ, ਫਿਰ ਬੰਦਾ ਗੱਲ ਕਰਦਾ। ਹੁਣ ਜਿੱਦਾਂ ਆਹ ਨਿੱਕਾ ਵਾ, ਇਹਨੂੰ ਵੇਖ ਕੇ ਇਹਨੂੰ ਹੁਣ ਬੰਦਾ ਲੱਖ ਮੰਗ ਕੇ ਅਤੇ 80-85 ਦਾ ਤਾਂ ਹੈ ਬਣਾ, ਕਿਉਂਕਿ ਹੱਸ ਕੇ ਵਿਕਣਾ, ਅਤੇ ਗੱਲ ਕਰੋਗੇ ਅਤੇ ਫਿਰ ਹੀ ਇਹਨਾਂ ਗੱਲ ਨਹੀਂ ਕਰਨੀ, ਦੂਰੋਂ ਖਲੋ ਕੇ ਰੇਟ ਪੁੱਛਣਾ, ਮਜ਼ਾ ਲੈਣਾ ਅਤੇ ਲੈ ਕੇ ਨਿਕਲ ਜਾਣਾ। ਠੀਕ ਆ ਫਿਰ ਦੋਸਤੋ, ਅੱਜ ਦੀ ਵੀਡੀਓ ਮੈਂ ਕਰ ਰਿਹਾ ਇੱਥੇ ਹੀ ਖਤਮ। ਅਗਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਇਹਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।